ਔਰ ਮੈਂ ਦਾਅਵੇ ਨਾਲ ਕਹਿੰਦਾ, ਦਾਅਵੇ ਨਾਲ ਪੂਰੇ ਹਿੰਦੁਸਤਾਨ 'ਚ ਕੋਈ 1-2% ਮੁਸਲਮਾਨ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਂਦੇ ਹੋਣਗੇ। ਅੱਬਲ ਤਾਂ ਕੋਈ ਪਾਉਂਦਾ ਹੀ ਨਹੀਂ, ਪਾਉਂਦਾ ਹੀ ਨਹੀਂ। ਕ੍ਰਿਸਚਨ ਭਾਈਚਾਰਾ, ਮਸੀਹ ਭਾਈਚਾਰਾ, ਜਿਨ੍ਹਾਂ 'ਤੇ ਅਸੀਂ ਕਈ ਤਰ੍ਹਾਂ ਦੀਆਂ ਗੱਲਾਂ ਕਰਦੇ ਹਾਂ, ਉਹਨਾਂ ਦੀ ਕ੍ਰਿਸਚੈਨਿਟੀ 'ਤੇ ਹਮਲੇ ਕੀਤੇ, ਉਹਨਾਂ ਦੇ ਪਾਸਟਰ ਮਾਰ ਦਿੱਤੇ, ਔਰ ਪੂਰੇ ਹਿੰਦੁਸਤਾਨ ਦੇ ਵਿੱਚ ਜਿਸ ਤਰ੍ਹਾਂ ਮੁਸਲਿਮ ਭਾਈਚਾਰਾ ਇੱਕਜੁੱਟ ਹੈ ਇਸ ਮਸਲੇ 'ਤੇ, ਈਸਾਈ ਭਾਈਚਾਰਾ ਭਾਰਤੀ ਜਨਤਾ ਪਾਰਟੀ ਨੂੰ ਵੋਟ ਨਹੀਂ ਪਾਉਂਦਾ। ਅਤੇ ਗੱਲ ਅਸੀਂ ਕਰਦੇ ਹਾਂ ਅਣਖ ਦੀ, ਬਹਾਦਰੀ ਦੀ, ਕੌਮੀ ਕੁਰਬਾਨੀ ਦੀ, ਜਜ਼ਬੇ ਦੀ, ਪੰਥਕ ਸੋਚ ਦੀ, ਅਤੇ ਪੰਥਕ ਬਣ ਬਣ ਕੇ 5 ਕਕਾਰਾਂ ਦੇ ਧਾਰਨੀ ਹੋ ਕੇ ਪਾ ਕੇ ਗਲਾਂ 'ਚ ਚੋਲੇ, ਅਤੇ ਕਾਂਗਰਸ ਦੇ ਏਜੰਟ ਬਣ ਕੇ ਬੈਠੇ ਹੁੰਦੇ, 3-3 ਵਾਰਾਂ ਸਰਕਾਰ ਬਣਾਤੀ ਪੰਜਾਬ ਦੀ ਧਰਤੀ 'ਤੇ, ਗੁਰੂਆਂ ਦੀ ਧਰਤੀ 'ਤੇ, ਸ਼੍ਰੀ ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਤੇ ਕਿੰਨੇ ਬਣਾਈਏ, ਆਪਾਂ ਬਣਾਈ, ਮੇਰੇ ਵਰਗਿਆਂ ਬਣਾਈਏ। ਮੈਂ ਕਹਿੰਦਾ ਕਿ ਜੇ ਅਕਾਲੀ ਦਲ ਤੋਂ ਕੋਈ ਉਲਾਂਭਾ ਹੈ, ਕੋਈ ਸ਼ਿਕਵਾ, ਬੇਸ਼ੱਕ ਵੋਟ ਨਾ ਪਾਓ, ਪਰ ਤੁਸੀਂ ਕਹੋ ਕਿ ਮੈਂ ਪੰਥਕ ਹੈ ਅਤੇ ਜਾ ਕੇ ਕਾਂਗਰਸ ਦੀ ਚਾਕਰੀ ਕਰੋ, ਅਤੇ ਫਿਰ ਪੰਥਕ ਹੋਣ ਦਾ ਦਾਅਵਾ ਵੀ ਕਰੋ, ਅਤੇ ਕਦਾਚਿਤ ਵੀ ਮਨਜ਼ੂਰ ਨਹੀਂ। ਆ ਲੈਲੇ ਪਹਿਲੇ ਕੇਜਰੀਵਾਲ ਦੇ ਡਿਬਰੂਗੜ੍ਹ ਸੁੱਟੇ NSA ਲਾ ਕੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ 7ਵੀਂ ਵਾਰਾਂ ਰੱਦ ਕਰ ਦਿੱਤੀ, ਸੁਲਤਾਨਪੁਰ ਲੋਧੀ ਉੱਥੇ ਗੁਰਦੁਆਰਾ ਸਾਹਿਬ ਦੇ ਉੱਤੇ ਹਜ਼ਾਰਾਂ ਦੀ ਪੁਲਿਸ ਇਕੱਠੀ ਹੋ ਕੇ ਅੰਮ੍ਰਿਤ ਵੇਲੇ ਹਮਲਾ ਕਰਦੀ ਹੈ, ਗੋਲੀਆਂ ਚਲਾਉਂਦੀ ਹੈ, ਹੰਝੂ ਗੈਸ ਚਲਾਉਂਦੀ ਹੈ, ਚੱਲ ਰਿਹਾ ਅਖੰਡ ਪਾਠ ਸਾਹਿਬ, ਹੰਝੂ ਗੈਸ ਦੇ ਧੂੰਏ ਕਰਕੇ ਪਾਠੀ ਸਿੰਘਾਂ ਤੋਂ ਖੰਡਿਤ ਹੋ ਜਾਂਦਾ, ਕੋਈ ਬੋਲੇ? ਆ ਬੈਠੇ ਆ 33-33 ਸਾਲ ਤੋਂ, ਜਿਸ ਤਰ੍ਹਾਂ ਚਰਸੋਂ ਨੇ, ਕਮਰ ਚਰਸੋਂ ਨੇ ਗੱਲ ਕੀਤੀ ਹੈ ਨਾ ਕਿ ਇੰਨੀ ਸਾਡੀ ਉਮਰ ਹੈ ਨਹੀਂ, ਜਿਨੀਆਂ ਜਿਨੀਆਂ ਜੇਲ੍ਹਾਂ ਕੱਟੀਆਂ ਨੇ ਗੁਲਬਰਗਾ ਵਰਗੀਆਂ, ਕਦੀ ਨਾ ਸੁਣਿਆ ਜੇ ਗੁਲਬਰਗਾ? ਕਰਨਾਟਕ ਦੀ ਜੇਲ੍ਹ ਹੈ ਗੁਲਬਰਗਾ, ਜਿੱਥੇ ਨਾ ਕੋਈ ਭਾਸ਼ਾ ਸਮਝਣ ਵਾਲਾ ਆ, ਨਾ ਸਾਡਾ ਸੱਭਿਆਚਾਰ, ਨਾ ਸਾਡਾ ਖਾਣ ਪੀਣ, ਉੱਥੇ ਲੰਬਾ ਸਮਾਂ ਜੇਲ੍ਹ ਕੱਟ ਗਿਆ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਤਾਰਾ, ਭਾਈ ਭਿਓਰਾ ਨਹੀਂ ਰਿਹਾ ਕਰਦੇ, ਅਗਲੇ ਰਾਜੀਵ ਗਾਂਧੀ ਦੇ ਕਾਤਲ 'ਤੇ ਰਿਹਾ ਹੋ ਕੇ ਚਲੇ ਗਏ, ਹਿੰਦੁਸਤਾਨ ਦੇ ਫੌਜੀਆਂ ਨੂੰ, ਫੌਜੀ ਅਫਸਰਾਂ ਨੂੰ ਕਤਰ ਦੇ ਵਿੱਚ ਫਾਂਸੀ ਦੀ ਸਜ਼ਾ ਹੋ ਗਈ। ਉੱਥੋਂ ਦੀ ਅਦਾਲਤ ਨੇ, ਉੱਥੋਂ ਦੇ ਦੇਸ਼ ਨੇ ਕਹਿਤਾ ਕਿ ਨਾ ਸਾਡੇ ਦੇਸ਼ ਦੇ ਨਾਲ ਦੇਸ਼ ਧਰੋਹ ਕੀਤਾ ਹੈ, ਅਤੇ ਸਜ਼ਾ ਦਿੱਤੀ ਫਾਂਸੀ ਦੀ, ਅਤੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਚੇਚੇ ਤੌਰ 'ਤੇ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਮਿਲਦੇ, ਔਰ
ਉਹ 8 ਫੌਜੀ ਅਫਸਰਾਂ ਨੂੰ ਰਿਹਾਅ ਕਰਵਾ ਕੇ ਲੈ ਕੇ ਆਉਂਦੇ ਤੇ ਉਹਨਾਂ ਦਾ ਧੰਨਵਾਦ ਕਰਦੇ। ਤੇ ਸਾਡੇ ਵਾਲੇ ਜਿਨ੍ਹਾਂ ਨੇ 30-30-33-33 ਸਾਲ ਜੇਲ੍ਹ ਕੱਟ ਲਈ ਹੈ ਸੁਣਦਾ ਹੀ ਕੋਈ ਨਹੀਂ। ਇਸ ਕਰਕੇ ਇੱਕ ਮਤ ਹੋਵੋ, ਇੱਕ ਜੁੱਟ ਹੋਵੋ, ਸਰਕਾਰਾਂ ਸੁਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਪੰਥਕ ਸੋਚ ਤੇ ਪੰਥਕ ਜਜ਼ਬਾ ਜਿਹੜਾ ਆ ਉਹ ਕਾਇਮ ਰਹਿਣਾ ਚਾਹੀਦਾ। ਮੈਂ ਭਾਈ ਮਨਜੀਤ ਸਿੰਘ ਹੋਰਾਂ ਦਾ, ਮੇਰੇ ਵੱਡੇ ਭਾਈ ਨੇ, ਮੇਰਾ ਖਿਆਲ ਹੈ ਕਿ ਹੁਣ ਤਾਂ ਸਾਲ ਵੀ ਚੇਤੇ ਨਹੀਂ, ਅਜੇ ਬਚਪਨ 'ਚ ਹੀ ਸੀਗੇ, ਸਕੂਲੇ ਪੜ੍ਹਦੇ ਸੀ ਜਦੋਂ ਦੀ ਸਾਡੀ ਆਪਸੀ ਸਾਂਝ ਹੈ। ਉਹ ਸਾਂਝ ਜੇਲ੍ਹ ਦਾ ਹਿੱਸਾ ਵੀ ਬਣੀ, ਸੰਘਰਸ਼ ਦਾ ਹਿੱਸਾ ਵੀ ਬਣੀ, ਇਕੱਠੇ ਅੱਜ ਤੱਕ ਵੀ ਇਕੱਠੇ ਪਰਿਵਾਰ ਦੇ ਵਾਂਗ ਵਿਚਰਦੇ ਹਾਂ। ਉਹ ਹਰ ਸਾਲ ਹੀ ਭਾਈ ਅਮਰੀਕ ਸਿੰਘ ਹੋਰਾਂ ਦੀ ਯਾਦ 'ਚ ਮੇਲਾ ਮਨਾਉਂਦੇ ਨੇ। ਸਤਿਗੁਰੂ ਇਸੇ ਤਰ੍ਹਾਂ ਹੀ ਉਹਨਾਂ ਨੂੰ ਉੱਦਮ ਬਖਸ਼ਦੇ ਰਹਿਣ ਅਤੇ ਸ਼ਹੀਦਾਂ ਦੇ ਯਾਦ ਦੇ ਵਿੱਚ ਮੇਲੇ ਲੱਗਦੇ ਰਹਿਣ। ਸੋ ਇਹਨਾਂ ਸ਼ਬਦਾਂ ਨਾਲ ਹੀ ਬੋਲਦਿਆਂ ਕੋਈ ਗਲਤੀ ਹੋ ਗਈ ਹੋਵੇ ਮੁਆਫ਼ ਕਰਦੇ ਆ ਜੇ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।